ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਯਸ਼ੋਦਾ ਬੇਨ ਵੀ ਸ਼ਾਹੀਨ ਬਾਗ ਗਏ ਸਨ। ਫੇਸਬੁੱਕ 'ਤੇ ਇਹ ਤਸਵੀਰ ਕਈ ਵਾਰ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਨਾਲ ਕੁਝ ਲੋਕ ਲਿਖ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਵੀ ਸ਼ਾਹੀਨ ਬਾਗ ਪੈਸੇ ਲੈਣ ਪਹੁੰਚ ਗਏ ਨੇ। ਇਸ ਤੋਂ ਪਹਿਲਾਂ ਸ਼ਾਹੀਨ ਬਾਗ ਦੀਆਂ ਔਰਤਾਂ ਬਾਰੇ ਇਹ ਦਾਅਵਾ ਫੈਲਾਇਆ ਗਿਆ ਸੀ ਕਿ ਉੱਥੇ ਬੈਠਣ ਵਾਲੀਆਂ ਔਰਤਾਂ ਨੂੰ ਮੁਜ਼ਾਹਰੇ 'ਤੇ ਬੈਠਣ ਦੇ ਪੈਸੇ ਮਿਲਦੇ ਨੇ। ਭਾਜਪਾ ਦੀ IT ਸੈੱਲ ਦੇ ਮੁਖੀ ਅਮਿਤ ਮਾਲਵੀਆ ਭਾਜਪਾ ਦੀ IT ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ ਕਿ ਮੁਜ਼ਾਹਰਾ ਫੰਡਡ ਹੈ ਅਤੇ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ। ਹੁਣ ਲੋਕ ਯਸ਼ੋਦਾ ਬੇਨ ਦੀ ਤਸਵੀਰ ਸਾਂਝਾ ਕਰ ਰਹੇ ਹਨ ਅਤੇ ਪੈਸੇ ਲੈਣ ਨਾਲ ਜੁੜੀਆਂ ਟਿੱਪਣੀਆਂ ਕਰ ਰਹੇ ਨੇ। BBC ਨੇ ਫੋਟੋ ਦੀ ਪੜਤਾਲ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਦਾਅਵੇ ਝੂਠੇ ਹਨ ਅਤੇ ਤਸਵੀਰ ਇਹ ਪੁਰਾਣੀ ਹੈ। ਇਹ ਤਸਵੀਰ 2016 ਦੀ ਹੈ ਜਦੋਂ ਯਸ਼ੋਦਾ ਬੇਨ ਮੁੰਬਈ ਵਿੱਚ ਝੁੱਗੀ ਝੌਂਪੜੀਆਂ ਵਾਲਿਆਂ ਲਈ ਇੱਕ ਭੁੱਖ ਹੜਤਾਲ 'ਤੇ ਬੈਠੇ ਸਨ। ਇਹ ਹੜਤਾਲ ਇੱਕ ਸਥਾਨਕ ਸਵੈ ਸੇਵੀ ਸੰਸਥਾ ਦੀ ਅਗਵਾਈ ਵਿੱਚ ਕੀਤੀ ਗਈ ਸੀ। ਬਿਊਰੋ ਰਿਪੋਰਟ, ਆਵਾਜ਼ ਏਕਮ TV।